ਖਬਰ ਲੈਂਦੇ ਆ ਖੰਨਾ ਸਮਰਾਲਾ ਤੋਂ। ਸਰਕਾਰੀ ਥਾਵਾਂ ਤੇ ਨਜਾਇਜ਼ ਕਬਜ਼ੇ ਕਰਕੇ ਧਰਮ ਦੀ ਆੜ ਵਿੱਚ ਚਲਾਏ ਜਾ ਰਹੇ ਡੇਰੇ, ਜਿੱਥੇ ਦੇਸ਼ ਦੀ ਉੱਨਤੀ ਤੇ ਤਰੱਕੀ ਦੀ ਰਾਹ 'ਚ ਅਰੋੜਾ ਨੇ, ਉੱਥੇ ਧਾਰਮਿਕ ਵਿਸਫੋਟਕ ਹਾਲਾਤ ਵੀ ਪੈਦਾ ਕਰਨ ਦਾ ਸਬਬ ਬਣਦੇ ਹਨ। ਅਜਿਹੀ ਘਟਨਾ ਲੁਧਿਆਣਾ ਚੰਡੀਗੜ੍ਹ ਮਾਰਗ ਤੇ ਸਥਿਤ ਨੀਲੋ ਪੁਲ ਕੋਲ 1996 'ਚ ਬਣੇ ਜ਼ਿੰਦਾ ਪੀਰਾਂ ਦੀ ਜਗ੍ਹਾ ਤੇ ਸਮਾਜ ਸੇਵੀ ਲੱਖਾ ਸਦਾਣਾ ਅਤੇ ਡੇਰੇ ਦੇ ਸੰਚਾਲਕ ਬਾਬਾ ਮਨਜੋਤ ਸਿੰਘ ਗਰੇਵਾਲ ਵਿਚਕਾਰ ਹੋਈ ਤਕਰਾਰਬਾਜ਼ੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਅੱਜ ਡੇਰੇ ਦੇ ਸੰਚਾਲਕ ਵੱਲੋਂ ਆਪਣੇ ਬਚਾਅ ਲਈ ਸੰਤ ਸਮਾਜ ਦੇ ਕੁਝ ਕੁ ਸੰਤਾਂ ਨੂੰ ਬੁਲਾ ਕੇ ਲੱਖਾ ਸਦਾਣਾ ਨੂੰ ਅੱਖਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਪੁਲਿਸ ਪ੍ਰਸ਼ਾਸਨ ਕੋਲ ਕਾਰਵਾਈ ਦੀ ਮੰਗ ਵੀ ਕੀਤੀ ਹੈ। ਇੱਕ ਨਿਰਮਲੇ ਸਾਧੂ ਨੇ ਤਾਂ ਸਿਰ ਲੈਣ ਜਾਂ ਦੇਣ ਦੀ ਗੱਲ ਵੀ ਕਹਿ ਦਿੱਤੀ ਹੈ, ਜੋ ਮਾਮਲੇ ਨੂੰ ਗਰਬਾਉਣ ਦਾ ਸਬਬ ਬਣ ਸਕਦੀ ਹੈ। ਦੂਜੇ ਪਾਸੇ ਵਣ ਵਿਭਾਗ ਦੇ ਰੇਂਜਰ ਅਰਵਿੰਦਰ ਸਿੰਘ ਟੌੜਾ ਨੇ ਕਿਹਾ ਹੈ ਕਿ ਨਜਾਇਜ਼ ਉਸਾਰੀ ਨਹਿਰੀ ਵਿਭਾਗ ਦੀ ਜਗ੍ਹਾ ਵਿੱਚ ਕੀਤੀ ਗਈ ਹੈ ਤੇ ਬਾਅਦ ਵਿੱਚ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਸੰਬੰਧੀ ਉੱਚ ਅਧਿਕਾਰੀਆਂ ਨੂੰ ਲਿਖਿਆ ਵੀ ਜਾਵੇਗਾ। ਨਹਿਰੀ ਵਿਭਾਗ ਦੇ SDO ਸੰਦੀਪ ਸਿੰਘ ਦੌਰਾਹਾ ਨੇ ਕਿਹਾ ਕਿ ਨਜਾਇਜ਼ ਉਸਾਰੀ ਵਣ ਵਿਭਾਗ ਦੀ ਜਗ੍ਹਾ ਉੱਤੇ ਕੱਟੀ ਗਈ ਹੈ, ਫਿਰ ਵੀ ਮੌਕਾ ਵੇਖ ਕੇ ਜੇ ਨਜਾਇਜ਼ ਕਬਜ਼ਾ ਕੀਤਾ ਪਾਇਆ ਗਿਆ ਤਾਂ ਪਰਚਾ ਦਰਜ ਕਰਵਾਵਾਂਗੇ। ਪਰ ਦੂਸਰੇ ਪਾਸੇ ਜੇ ਗੱਲ ਕਰੀਏ ਕਿ ਸਾਰੇ ਅਧਿਕਾਰੀ ਫੀਲਡ ਵਿੱਚ ਰਹਿੰਦੇ ਹੋਏ ਵੀ ਆਪਣੀ ਡਿਊਟੀ ਪ੍ਰਤੀ ਕੀ ਸੰਜੀਦਾ ਨਹੀਂ ਹੈ? ਤੁਸੀਂ ਇੱਥੇ ਅੱਜ ਕਿਵੇਂ ਪਹੁੰਚੇ? ਅੱਜ ਸਾਨੂੰ ਇਹਦੇ ਬਾਰੇ ਪਤਾ ਲੱਗਾ ਕਿ ਇਸ ਜਗ੍ਹਾ ਤੇ ਆ ਕੇ ਗਲਤ ਹਰਕਤ ਹੋ ਰਹੀ, ਧਰਮ ਦੇ ਮਾਮਲੇ ਵਿੱਚ ਮਦਮਰੀ ਦਖਲ ਦਿੱਤਾ ਜਾ ਰਿਹਾ, ਮਹਾਂਪੁਰਸ਼ ਨੂੰ ਤੰਗ ਕੀਤਾ ਜਾ ਰਿਹਾ। ਇਸ ਸਥਾਨ ਦਾ ਮਹੱਤਵ ਕੀ ਹੈ? ਇਸ ਸਥਾਨ ਦਾ ਮਹੱਤਵ ਇਹ ਹੈ ਕਿ ਪੰਜਾਬ ਦੀ ਸਾਰੀ ਧਰਤੀ ਪੂਜਣ ਯੋਗ ਆ। ਜਿੱਥੇ ਵੀ ਕੋਈ ਸਤਪੁਰਸ਼ ਮਹਾਂਪੁਰਸ਼ ਬੈਠ ਕੇ ਬੰਦਗੀ ਕਰਦਾ ਉੱਥੇ ਮਦਮਰੀ ਸਥਾਨ ਬਣ ਜਾਂਦਾ। ਸਾਰੇ ਪੰਜਾਬ ਦਾ ਮਹੱਤਵ, ਪੀਰਾਂ ਗੁਰੂਆਂ ਪੀਰਾਂ ਦੀ ਧਰਤੀ। ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੋ ਘਟਨਾ ਵਾਪਰੀ ਉਹਦੇ ਬਾਰੇ? ਜੋ ਘਟਨਾ ਵਾਪਰੀ, ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਜੋ ਲੋਕ ਸਿਰਫ ਆਪਣਾ ਨਾਮ ਚਮਕਾਉਣ ਦੇ ਮਾਰੇ ਕਦੇ ਸਤਿਕਾਰ ਕਮੇਟੀਆਂ ਬਣਾ ਕੇ, ਕਦੇ ਕੋਈ ਹੋਰ ਗੈਂਗ ਬਣਾ ਕੇ ਮਹਾਂਪੁਰਸ਼ਾਂ ਨੂੰ, ਸਾਧੂ ਸੰਤਾਂ ਨੂੰ ਧਰਮ ਸਥਾਨਾਂ ਵਿੱਚ ਮੱਲੋ-ਮੱਲ ਜਾ ਕੇ ਦਖਲ ਦਿੰਦੇ ਆ, ਉਹ ਪਹਿਲਾਂ ਆਪ ਧਾਰਮਿਕ ਹੋ ਜਾਣ। ਜੇ ਉਹ ਸਿੱਖ ਆ ਤਾਂ ਪੂਰੇ ਸਿੱਖ ਬਣ ਕੇ ਆਉਣ, ਜੇ ਕਿਸੇ ਹੋਰ ਮਾਝਬ ਦੇ ਤਾਂ ਪੂਰੇ ਉਸ ਮਾਝਬ ਵਿੱਚ ਪੂਰੇ। ਕੀ ਸਤਿਕਾਰ ਕਮੇਟੀ ਵੀ ਗੈਂਗ ਹੈ? ਨਹੀਂ, ਤੁਸੀਂ ਕਿਹਾ ਹੁਣ ਗੈਂਗ ਨਹੀਂ। ਮੇਰਾ ਉਹ ਗੱਲ ਮੈਂ ਵਾਪਸ ਲੈਣਾ, ਸਤਿਕਾਰ ਕਮੇਟੀ ਗੈਂਗ ਨਹੀਂ, ਸਤਿਕਾਰ ਨਾਲ ਸੰਬੰਧਿਤ ਜੋ ਮੱਲੋ-ਮੱਲੀ ਲੋਕ ਧੱਕੇ ਨਾਲ ਇਹੋ ਜਿਹੀਆਂ ਹਰਕਤਾਂ ਕਰਦੇ ਆ। ਮਹਿਮਾਨ ਅਤੇ ਆਮ ਜੋ ਕਿ ਅੱਜ ਇੱਥੇ ਧਰਨਾ ਦਿੱਤਾ ਗਿਆ ਹੈ ਮਹਾਂਪੁਰਸ਼ਾਂ ਦੇ ਸਥਾਨ ਤੇ, ਸ੍ਰੀ ਮਾਨ ਸੰਤ ਬਾਬਾ ਮਨਜੋਤ ਸਿੰਘ ਜੀ ਦੇ ਸਥਾਨ ਤੇ, ਜੋ ਕਿ ਲੱਖਾ ਸਧਾਨਾ ਨੇ ਕੁਛ ਸ਼ਰਾਰਤੀ ਹੰਸਰਾਂ ਦੇ ਨਾਲ ਲੱਗ ਕੇ ਸਥਾਨ ਦੀ ਬੇਅਦਬੀ ਕਰਨ ਦੀ ਨਿੱਘੀ ਕੋਸ਼ਿਸ਼ ਕੀਤੀ ਗਈ ਹੈ ਤੇ ਸਾਡਾ ਸੰਤ ਸਮਾਜ, ਨਿਰਮਲੇ ਭੇਖ ਤੇ ਇੰਟਰਨੈਸ਼ਨਲ ਸੰਤ ਸਮਾਜ ਸਾਰੇ ਸਾਧੂ ਇਕੱਠੇ ਹੋਏ ਨੇ। ਸੋ ਪ੍ਰਸ਼ਾਸਨ ਨੂੰ ਤੇ ਮੈਂ ਇਹੀ ਬੇਨਤੀ ਕਰਦਾ ਮਹਾਂਪੁਰਸ਼ਾਂ ਵੱਲੋਂ, ਸਾਰਿਆਂ ਵੱਲੋਂ, ਕਿ ਲੱਖੇ ਸਧਾਨੇ ਨੂੰ ਨੱਥ ਪਾਈ ਜਾਵੇ। ਜੇ ਨਾ ਨੱਥ ਪਾਈ ਗਈ ਤਾਂ ਸਾਡੇ ਗੁਰੂ ਪੀਰਾਂ ਦੇ ਪੈਗੰਬਰਾਂ ਦੀ ਨਰਾਦਰੀ ਕੀਤੀ ਜਾਵੇਗੀ। ਇਸ ਕਰਕੇ ਅਸੀਂ ਆਪਣੇ ਗੁਰੂ ਪੀਰਾਂ ਦੀ ਨਰਾਦਰੀ ਨਹੀਂ ਦੇ ਸਕਦੇ, ਨਹੀਂ ਸਿਰ ਦੇ ਦਿਆਂਗੇ, ਨਹੀਂ ਸਿਰ ਲੈ ਲਿਆਂਗੇ। ਸੋ ਬੇਨਤੀ ਹੈ ਪ੍ਰਸ਼ਾਸਨ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਲੱਖਾਂ ਸਧਾਨੇ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਠੱਲ ਪਾਈ ਜਾਵੇ। ਅਸਲ 'ਚ ਵੀਰਵਾਰ ਵਾਲੇ ਦਿਨ ਲੱਖਾਂ ਸਧਾਣਾ ਇੱਥੇ ਆਇਆ ਔਰ ਅਸੀਂ ਬੜੇ ਵਧੀਆ ਤਰੀਕੇ ਨਾਲ ਸਵਾਗਤ ਕੀਤਾ ਕਿ ਉਹ ਸ਼ਾਇਦ ਚੰਗੇ ਕੰਮ ਕਰਨ ਲੱਗ ਪਿਆ, ਚੰਗੇ ਕੰਮਾਂ 'ਚ ਉਹ ਅੱਜ ਵਿਚਰਨ ਲੱਗ ਪਿਆ ਹੋਣਾ। ਲੇਕਿਨ ਉਹਨੇ ਹੁੱਲੜਬਾਜ਼ੀ ਕਰਦਿਆਂ ਹੋਇਆ ਸਾਨੂੰ ਇਹ ਕਿਹਾ ਕਿ ਜੀ ਸਾਨੂੰ ਪਤਾ ਲੱਗਿਆ ਇੱਥੇ ਗੰਦਾ ਪਾਣੀ ਪੈ ਰਿਹਾ ਨਹਿਰ ਦੇ ਵਿੱਚ, ਗੰਦ ਸਿੱਟਿਆ ਜਾ ਰਿਹਾ, ਹੋ ਰਿਹਾ ਹੋ ਰਿਹਾ। ਅਸੀਂ ਸਾਫ਼ ਪਲੀਤ ਸੀ
ਕਿਉਂਕਿ ਅਸੀਂ ਇਸੇ ਪੀਰ ਨੂੰ ਇਸੇ ਜਲ ਦੇਵਤਾ ਨੂੰ ਮੰਨਦੇ ਹਾਂ, ਇਹਨਾਂ ਨੂੰ ਅਸੀਂ ਪਲੀਜ ਕਿੱਦਾਂ ਕਰ ਸਕਦੇ ਹਾਂ। ਤਾਂ ਅਸੀਂ ਉਹਨੂੰ ਨਾਲ ਲੈ ਕੇ ਸਾਰਾ ਅੰਦਰ ਵਿਖਾਇਆ ਕਿ ਕਿਸ ਤਰ੍ਹਾਂ ਸਾਡੇ ਟੈਂਕ ਬਣੇ ਹੋਏ ਨੇ, ਪੱਕੇ ਟੈਂਕ ਬਣੇ ਹੋਏ ਨੇ ਜਿਨ੍ਹਾਂ 'ਚ ਗੰਦਾ ਪਾਣੀ ਜਾਂਦਾ, ਔਰ ਉਹ ਟੈਂਕ ਹਰ ਮਹੀਨੇ ਟੈਂਕਰਾਂ ਰਾਹੀਂ ਸਾਫ਼ ਕਰਾਏ ਜਾਂਦੇ ਨੇ, ਬਾਹਰ ਭੇਜਿਆ ਜਾਂਦਾ ਜਿੰਨਾ ਵੀ ਉਹ ਗੰਦਾ ਪਾਣੀ ਜਾਂ ਕੋਈ ਵੀ ਪ੍ਰਦੂਸ਼ਣ ਚੀਜ਼ ਹੁੰਦੀ। ਤਾਂ ਉਹਨੂੰ ਸਾਰਾ ਕੁਛ ਦੇਖ ਕੇ ਆ ਕੇ ਬਾਹਰ ਆਪਣੇ ਆਪ ਲਾਈਵ ਹੋ ਕੇ ਆਪਣੀ ਫੇਸਬੁੱਕ 'ਤੇ ਬੋਲਿਆ ਕਿ ਮੈਂ ਜੋ ਦੇਖਣ ਆਇਆ ਸੀ ਇੱਥੇ ਗੰਦ ਨਹੀਂ ਪੈ ਰਿਹਾ, ਗੰਦਾ ਪਾਣੀ ਨਹੀਂ ਪੈ ਰਿਹਾ। ਸਾਡੇ ਸਥਾਨ ਜਿਹੜਾ ਸਥਾਨ ਹੈ ਕਦੋਂ ਸ਼ੁਰੂ ਹੋਇਆ? ਇਹ ਸਥਾਨ ਪ੍ਰਾਚੀਨ ਸਥਾਨ ਹੈ ਜੀ, ਇਹ ਸਥਾਨ ਬਹੁਤ ਹੀ ਪੁਰਾਣਾ ਹੈ। ਜਦੋਂ ਇੱਥੇ ਇਹ ਪੁਲ ਲੱਗਿਆ ਉਦੋਂ ਪੁਲ ਵੇਲੇ ਇਸ ਸਥਾਨ ਨੂੰ ਥੋੜ੍ਹਾ ਸਾਂਭ ਸੰਭਾਲ ਕੀਤੀ ਗਈ, ਲੇਕਿਨ ਇਹ ਪੁਲ ਬਣਨ ਤੋਂ ਪਹਿਲਾਂ ਦਾ ਸਥਾਨ। ਸਰ ਕਿਹੜੇ ਸਥਾਨ ਦੀ ਗੱਲ ਹੈ ਜੀ? ਜਦੋਂ ਪੁਲ ਬਣਿਆ ਜੀ, ਇਹ ਮੈਨੂੰ ਹੁਣ ਯਾਦ ਨਹੀਂ ਜਦੋਂ ਪੁਲ ਬਣਿਆ, ਕਿਉਂਕਿ ਮੈਂ ਉਦੋਂ ਇੱਥੇ ਨਹੀਂ ਸੀ। ਤੁਸੀਂ ਪੁਲਿਸ ਕਾਰਵਾਈ ਬਾਰੇ ਕੁਛ ਕਿਹਾ ਪੁਲਿਸ ਨੂੰ ਉਹਦੇ ਬਾਰੇ? ਅਸੀਂ ਖੰਨਾ ਦੇ SP ਹੈੱਡਕੁਆਰਟਰ ਸਾਹਿਬ ਨੂੰ ਦਰਖਾਸਤ ਦਿੱਤੀ ਹੈ ਕਿ ਇਹ ਜੀ ਹੁਲੜਬਾਜ਼ੀ ਨਾ ਕੀਤੀ ਜਾਏ, ਕਿਉਂਕਿ ਸੰਗਤਾਂ ਦੇ ਵਿੱਚ ਬਹੁਤ ਰੋਸ ਹੈ, ਸੰਤ ਸਮਾਜ ਦੇ ਵਿੱਚ ਬਹੁਤ ਰੋਸ ਹੈ। ਅੱਜ ਸਮੂਹ ਸੰਤ ਸਮਾਜ ਨੇ ਇੱਥੇ ਨੀਲੋ ਪੁਲ ਦੇ ਉੱਤੇ ਰੋਸ ਵਜੋਂ ਅੱਜ ਧਰਨਾ ਦਿੱਤਾ ਹੋਇਆ ਕਿ ਅਸੀਂ ਪਿਆਰ ਦੇ ਨਾਲ ਸਾਈਡ 'ਤੇ ਬੈਠ ਕੇ ਅੱਜ ਰੋਸ ਇਹ ਜਿਤਾ ਰਹੇ ਹਾਂ ਕਿ ਜੋ ਇਹ ਹੋ ਰਿਹਾ ਇਹ ਨਹੀਂ ਹੋਣਾ ਚਾਹੀਦਾ। ਖੰਨੇ ਤੋਂ ਲਾਲ ਸਿੰਘ ਮਾਂਗਟ ਦੀ ਰਿਪੋਰਟ।